दोनों हाथ ऊपर करो, दोनों हाथ ऊपर करो और अपना अपना आशीर्वाद दो। आज पता लगा है कि सारा राजपुरा हल्का किसनो एमएलए देखना चाहता है। ऐसी जगह पे सारे राजपुरे वोटर ऐसी जगह पे इकट्ठे हो गए ने, इसका पता चल रहा है कि आने वाला एमएलए कौन लगेगा। टिंकू एमसी तहसील की अरोड़ा एमसी, हेलो, अपने काफले नाल सोच रहे ने हम हमांदे सारे वीरां नूं सारे वोटरां नूं बेनती है ਛੱਡਣਾ ਪਾਓ ਜੀ। ਅਸੀਂ ਅੱਜ ਹਲਕਾ ਰਾਜਪੁਰੇ ਦਾ ਰੋਡ ਸ਼ੋਅ ਕੱਢ ਰਹੇ ਹਾਂ, ਜਿਹਦੇ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਮੋਟਰਸਾਈਕਲ, ਸਕੂਟਰ, ਹਜ਼ਾਰਾਂ ਦੀ ਤਾਦਾਦ ਵਿੱਚ ਕਾਰਾਂ, ਟਰੈਕਟਰ, ਥ੍ਰੀ ਵੀਲਰ, ਬਹੁਤ ਵੱਡੀ ਤਾਦਾਦ ਵਿੱਚ ਅੱਜ ਰੋਡ ਸ਼ੋਅ ਕੱਢ ਰਹੇ ਹਾਂ। ਇਹ ਰੋਡ ਸ਼ੋਅ ਕੱਢਣ ਦਾ ਕੀ ਮਤਲਬ ਮਕਸਦ ਕੀ ਹੈ? ਰੋਡ ਸ਼ੋਅ 2017 ਦੇ ਜਿਹੜੇ ਚੋਣਾਂ ਹੈਗੇ, ਹਾਂਜੀ ਹਾਂਜੀ, ਉਹਦੇ ਵਾਸਤੇ ਕੱਢ ਰਹੇ। ਨਹੀਂ ਤੁਸੀਂ ਇਲੈਕਸ਼ਨ ਵਿੱਚ ਕੀ ਮਤਲਬ ਤੁਹਾਡਾ ਕੀ ਭੂਮਿਕਾ ਹੈਗੀ? ਇਲੈਕਸ਼ਨ ਵਿੱਚ ਇਹ ਸੀਗਾ ਜੀ, ਸਾਨੂੰ ਉਮੀਦ ਸੀ ਵੀ ਸਾਡੇ ਹਲਕਾ ਰਾਜਪੁਰੇ ਦੇ ਵਾਸੀ ਨੂੰ ਇੱਥੇ ਟਿਕਟ ਦੇਣਗੇ। ਕਿਹੜੀ ਪਾਰਟੀ ਦਾ ਜੀ? ਸਾਨੂੰ ਵਿਸ਼ਵਾਸ ਵੀ ਦਿਵਾਇਆ ਗਿਆ ਸੀਗਾ ਬੀਜੇਪੀ ਵੱਲੋਂ, ਅਕਾਲੀ ਦਲ ਬੀਜੇਪੀ ਵੱਲੋਂ ਸਾਨੂੰ, ਮੈਨੂੰ ਵਿਸ਼ਵਾਸ ਵੀ ਦਿਵਾਇਆ ਗਿਆ ਸੀ ਅਸੀਂ ਲੋਕਲ ਉਮੀਦਵਾਰ ਉਤਾਰਾਂਗੇ ਇੱਥੇ। ਪਰ ਇਹਨਾਂ ਨੇ ਬਾਹਰ ਦਾ ਉਮੀਦਵਾਰ ਉਤਾਰਿਆ ਜਿਹੜਾ ਕਿ ਮੈਨੂੰ ਕੀ ਸਾਰੇ ਹਲਕਾ ਰਾਜਪੁਰੇ ਨੂੰ ਮਨਜ਼ੂਰ ਨਹੀਂ ਹੈ। ਅਸੀਂ, ਮੈਂ ਪ੍ਰੈਸ ਰਾਹੀਂ ਕਹਿਣਾ ਚਾਹੁੰਦਾ, ਅਸੀਂ 3 ਦਿਨਾਂ ਦਾ ਅਲਟੀਮੇਟ ਦੇ ਰਹੇ ਹਾਂ ਬੀਜੇਪੀ ਨੂੰ ਵੀ ਇਹ ਉਮੀਦਵਾਰ ਬਦਲਿਆ ਜਾਵੇ। ਨਾ ਤਾਂ ਅਸੀਂ 51 ਮੈਂਬਰਾਂ ਦੀ ਹਲਕਾ ਰਾਜਪੁਰਾ ਦੀ ਕਮੇਟੀ ਬਣਾਈ ਹੈ, ਉਹ ਜੋ ਫੈਸਲਾ ਕਰਨਗੇ ਸਾਨੂੰ ਸਾਰੇ ਜਗ੍ਹਾ ਹੀ। ਉਸ ਕਮੇਟੀ 'ਚ ਮੇਨ ਕਿਹੜੇ ਕਿਹੜੇ ਬੰਦੇ ਆਏ? ਤੁਹਾਡੀ ਹਾਈ ਕਮਾਂਡ ਨਾਲ ਗੱਲ ਹੋਈ ਹੈ ਕਿ ਵੀ ਤੁਸੀਂ ਜਿਹੜਾ ਕੈਂਡੀਡੇਟ ਲੋਕਲ ਦਿਓਗੇ ਤਾਂ ਅਸੀਂ ਨਾਲ ਖੜਾਂਗੇ, ਨਹੀਂ ਤਾਂ ਅਸੀਂ ਨਹੀਂ ਖੜਾਂਗੇ। ਇਹ ਤਾਂ ਤੁਹਾਡੀ ਹਾਈ ਕਮਾਂਡ ਬਿਲਕੁਲ ਬਿਲਕੁਲ ਹੋਈ ਹੈ ਜੀ ਗੱਲ, ਉਹਨਾਂ ਨੇ ਸਾਨੂੰ ਵਿਸ਼ਵਾਸ। ਉਸ ਕਮੇਟੀ ਦੇ ਵਿੱਚ ਕਿਹੜੇ ਕਿਹੜੇ ਮੇਨ ਬੰਦੇ ਹੈਗੇ ਜੀ? ਮੇਰੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨਾਲ ਬੀਜੇਪੀ ਜੀ ਦੇ, ਨਹੀਂ ਰਾਜਪੁਰੇ ਦੇ ਹਲਕੇ ਦੀ ਕਹਿ ਰਹੇ ਹੋ ਤੁਸੀਂ, ਉਸੇ ਕਮੇਟੀ 'ਚ ਕਿਹੜੇ ਕਿਹੜੇ ਬੰਦੇ ਆ? 51 ਤੁਸੀਂ ਕਹਿ ਰਹੇ ਹੋ, 51 'ਚ ਤੁਹਾਨੂੰ ਲਿਸਟ ਦੇ ਦਾਂਗੇ ਬਾਅਦ ਵਿੱਚ। ਕੋਈ ਮੇਨ ਕੋਈ ਮੇਨ ਚਿਹਰਾ, ਕੋਈ ਮੇਨ ਪ੍ਰਧਾਨ ਨੇ, ਮੁਖੀ ਨੇ, ਪਿੰਡਾਂ ਦੇ ਸਰਪੰਚ ਨੇ, ਇਹੋ ਜਿਹੇ ਸਾਰੇ ਜਗ੍ਹਾ ਜੀ। ਅਗਰ ਜੇ ਤੁਹਾਨੂੰ ਬੀਜੇਪੀ ਨੇ ਬੀਜੇਪੀ ਦੀ ਟਿਕਟ ਨਹੀਂ ਮਿਲਦੀ ਤਾਂ ਤੁਸੀਂ ਆਜ਼ਾਦ ਲੜੋਗੇ ਜੀ? ਮੈਂ ਜੀ ਤੁਹਾਨੂੰ ਗੱਲ ਕਹਿ ਰਿਹਾ ਬਾਰ ਬਾਰ ਵੀ ਅਸੀਂ 3 ਦਿਨ ਦਾ ਅਲਟੀਮੇਟ ਦੇ ਰਹੇ ਹਾਂ ਇਹਨਾਂ ਨੂੰ, ਪਾਰਟੀ ਨੂੰ। ਅਸੀਂ 51 ਮੈਂਬਰੀ, ਜੋ ਪਾਰਟੀ ਜੋ 51 ਮੈਂਬਰੀ ਫੈਸਲਾ ਕਰੂਗੀ ਉਹ ਸਾਰੇ ਸਾਡੇ ਸਿਰ ਮੱਥੇ। ਲੋਕਲ ਮੇਰੀ ਜਿਹੜੀ ਸਾਰੇ ਡਿਮਾਂਡ ਹੈ, ਇਹ ਨਹੀਂ ਕਿ ਮੈਂ ਉਮੀਦਵਾਰ ਹੋਵਾਂ, ਲੋਕਲ ਜਿਹੜਾ ਇੱਥੇ ਦਾ ਵਾਸੀ ਹੈ ਹੋਏ ਜੰਪਲ ਹੋਏ ਉਹ ਉਮੀਦਵਾਰ ਹੋਣਾ ਚਾਹੀਦਾ। ਤੁਹਾਡੀ ਡਿਮਾਂਡ ਇਹ ਹੈ ਜਗਾ ਜੀ ਵੀ ਲੋਕਲ ਕੈਂਡੀਡੇਟ ਹੋਣਾ ਚਾਹੀਦਾ ਹੈ ਕਿ ਵੀ ਟਿਕਟ ਕਿਹਨੂੰ ਮਰਜ਼ੀ ਦੇਣ? ਜਿਹਨੂੰ ਮਰਜ਼ੀ ਦੇਣ, ਅਸੀਂ ਉਹਨਾਂ ਦੇ ਨਾਲ। ਜੋ 51 ਮੈਂਬਰੀ ਕਮੇਟੀ ਫੈਸਲਾ ਕਰ ਦੂਗੀ ਜੀ ਦੇਣਗੇ ਤਾਂ ਸਾਨੂੰ ਮਨਜ਼ੂਰ ਹੋਈ। ਤੁਹਾਨੂੰ ਜਗਾ ਜੀ ਨਹੀਂ ਲੱਗਦਾ ਤੁਸੀਂ ਚੋਣਾਂ ਨਹੀਂ ਲੜੋਗੇ ਆਜ਼ਾਦ? ਆਜ਼ਾਦ ਨਹੀਂ, ਬਿਲਕੁਲ ਨਹੀਂ ਲੜਾਂਗੇ। ਅੱਛਾ ਤੁਸੀਂ ਆਜ਼ਾਦ ਨਹੀਂ, ਆਜ਼ਾਦ ਨਹੀਂ ਲੜੋਗੇ? ਨਹੀਂ। ਹਾਂਜੀ, ਜੇ ਫੱਜ ਗਏ ਤੁਹਾਡੀ ਉਸ ਤੇ ਕੋਈ ਫੁੱਲ ਨਾ ਚੜਾਈ 3 ਦਿਨਾਂ ਬਾਅਦ ਵੀ, ਫਿਰ ਤੁਹਾਡਾ ਐਕਸਟਰਾ ਸਟੈਪ ਕੀ ਹੋਊਗਾ? ਜੋ 51 ਮੈਂਬਰੀ ਫੈਸਲਾ, ਅੱਛਾ ਜੋ ਫੈਸਲਾ ਕਰੂਗੀ ਉਹ ਮਨਜ਼ੂਰ ਹੋਏਗਾ, ਜਿਹੜਾ ਮਰਜ਼ੀ ਕੈਂਡੀਡੇਟ ਉਤਾਰ ਦੇਣਾ ਸੀ ਉਹ ਮੈਂ ਉਹਦੇ ਨਾਲ ਹੋਊਗਾ। ਉਹਦੇ ਨਾਲ ਹੋਊਗਾ ਤੇ ਤੁਹਾਨੂੰ ਇਹ ਨਹੀਂ ਲੱਗ ਰਿਹਾ ਵੀ 3 ਦਿਨਾਂ ਬਾਅਦ ਖੂਬ ਤੁਸੀਂ ਆਲਰੇਡੀ ਬਹੁਤ ਲੇਟ ਹੈ ਵੀ 3 ਦਿਨਾਂ ਬਾਅਦ ਫਿਰ ਤੁਸੀਂ ਦੌਰਾ ਕਰ ਲਓ ਸਾਰੇ ਇਲਾਕੇ ਦਾ? ਹਲਕੇ 'ਚ ਜੀ ਮੈਨੂੰ ਦੇਖੋ ਅੱਜ 15 ਸਾਲ ਹੋ ਗਏ, ਹਾਂਜੀ, ਮੈਂ ਹਲਕੇ ਦੀ ਸੇਵਾ ਕਰ ਰਿਹਾ। ਮੈਂ ਇੱਕ ਐਮ ਸੀ ਹੋ ਕੇ ਮੇਰੇ ਤੋਂ ਜਿੰਨਾ ਕੁ ਜੋਗਾ ਮੈਂ ਹੈਗਾ ਉਸ ਤੋਂ ਵੀ ਵੱਧ ਕੰਮ ਕਰਾਈਦੇ ਆ ਸਾਰੇ ਹਲਕੇ ਨੂੰ ਪਤਾ ਹੈ। ਤਨ ਮਨ ਧਨ ਨਾਲ ਸੇਵਾ ਕਰੀਦਾ, ਤੁਹਾਨੂੰ ਸਾਰਿਆਂ ਨੂੰ ਪਤਾ। ਤੁਸੀਂ ਅੱਜ ਦੇਖ ਹੀ ਰਹੇ ਹੋ ਲੋਕਾਂ ਦਾ ਇਕੱਠ, ਹਜ਼ਾਰਾਂ ਦੀ ਤਾਦਾਦ ਦੇ ਲੋਕਾਂ ਦਾ ਇਕੱਠ ਹੈ। ਮੇਰੇ ਹਿਸਾਬ ਨਾਲ 15-20 ਹਜ਼ਾਰ ਬੰਦਾ ਅੱਜ, ਠੀਕ ਹੈ ਜੀ।